ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਐਲਪੀਜੀ ਗੈਸ ਪਾਈਪ ਲੀਕ ਹੋਈ ਹੈ। ਤਸਵੀਰਾਂ ਦੇਖ ਸਕਦੇ ਹੋ, ਸੁਣ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਕਿੰਨੀ ਤੇਜ਼ੀ ਦੇ ਨਾਲ ਐਲਪੀਜੀ ਗੈਸ ਪਾਈਪ ਜਿਹੜੀ ਹੈ ਉਹ ਫਟ ਗਈ ਹੈ ਤੇ ਗੈਸ ਲੀਕ ਹੋ ਰਹੀ ਹੈ। ਐਲਪੀਜੀ ਗੈਸ ਹੈ ਘਰਾਂ ਦੇ ਵਿੱਚ ਵਰਤੀ ਜਾਣ ਵਾਲੀ ਗੈਸ, ਜੋ ਕਿ ਚੰਡੀਗੜ੍ਹ ਅਤੇ ਮੋਹਾਲੀ ਟ੍ਰਾਈ ਸਿਟੀ ਦੇ ਵਿੱਚ ਪਾਈਪਾਂ ਦੇ ਰਾਹੀਂ ਆਉਂਦੀ ਹੈ, ਸਿਲੰਡਰ ਨਹੀਂ ਆਉਂਦੇ, ਪਾਈਪਾਂ ਰਾਹੀਂ ਆਉਂਦੀ ਹੈ। ਇੱਕ ਪ੍ਰਾਈਵੇਟ ਬਿਲਡਿੰਗ ਜੋ ਕਿ ਅੰਡਰ ਕੰਸਟਰਕਸ਼ਨ ਸੀਗੀ, ਉਹਨਾਂ ਦੇ ਵੱਲੋਂ ਜੇ ਸੀ ਬੀ ਨਾਲ ਖੁਦਾਈ ਕੀਤੀ ਗਈ ਤਾਂ ਜੇ ਸੀ ਬੀ ਦੀ ਖੁਦਾਈ ਦੌਰਾਨ ਇਹ ਜਿਹੜੀ ਪਾਈਪ ਲਾਈਨ ਹੈ ਟੁੱਟ ਜਾਂਦੀ ਹੈ, ਜਿਸ ਕਰਕੇ ਗੈਸ ਬੇਹੱਦ ਤੇਜ਼ੀ ਦੇ ਨਾਲ ਲੀਕ ਹੋ ਰਹੀ ਹੈ। ਲੋਕ ਜਿਹੜੇ ਨੇ ਉਹ ਘਬਰਾ ਗਏ ਨੇ। ਆਲੇ ਦੁਆਲੇ ਵਾਲਾ ਜਿਹੜਾ ਏਰੀਆ ਪੂਰਾ ਖਾਲੀ ਕਰਵਾ ਲਿਆ ਗਿਆ ਹੈ, ਮਜ਼ਦੂਰਾਂ ਨੂੰ ਦੂਰ ਕਰ ਦਿੱਤਾ ਗਿਆ ਹੈ। ਤਾਂ ਤਸਵੀਰਾਂ ਮੋਹਾਲੀ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਐਲਪੀਜੀ ਪਾਈਪ ਲਾਈਨ ਫਟ ਗਈ ਹੈ। ਜੀ ਹਾਂ, ਘਰਾਂ ਦੇ ਵਿੱਚ ਆਉਣ ਵਾਲੀ ਐਲਪੀਜੀ ਜਿਹੜੀ ਪਾਈਪ ਲਾਈਨਾਂ ਰਾਹੀਂ ਆਉਂਦੀ ਹੈ ਟ੍ਰਾਈ ਸਿਟੀ ਦੇ ਅੰਦਰ, ਉਹ ਪਾਈਪ ਲਾਈਨ ਟੁੱਟ ਗਈ ਹੈ, ਜਿਸ ਕਰਕੇ ਗੈਸ ਬੇਹੱਦ ਤੇਜ਼ੀ ਦੇ ਨਾਲ ਲੀਕ ਹੋ ਰਹੀ ਹੈ। ਆਲੇ ਦੁਆਲੇ ਲੋਕ ਜਿਹੜੇ ਲੰਘ ਰਹੇ ਨੇ ਉਹਨਾਂ ਨੂੰ ਸਾਹ ਲੈਣ 'ਚ ਪ੍ਰੋਬਲਮ ਹੋ ਰਹੀ ਹੈ। ਮੌਕੇ 'ਤੇ ਦਮਕਲ ਵਿਭਾਗ ਦੇ ਜਿਹੜੇ ਕਰਮਚਾਰੀ ਨੇ ਉਹ ਪਹੁੰਚੇ ਨੇ। ਜਿਹੜੀ ਗੈਸ ਹੈ ਲੀਕੇਜ ਹੈ ਉਸ 'ਤੇ ਕਾਬੂ ਪਾਉਣ ਲਈ, ਉਹਦਾ ਅਸਰ ਘਟਾਉਣ ਦੇ ਲਈ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਤਾਂ ਬੇਹੱਦ ਵੱਡੀ ਖਬਰ ਦੱਸਦੀ ਹੈ ਕਿ ਇਹ ਥਾਂ 'ਤੇ ਇੱਕ ਚੰਗਿਆੜੀ ਅੱਗ ਦਾ ਭਾਂਬੜ ਮਚਾ ਸਕਦੀ ਹੈ, ਤਾਂ ਕਰਕੇ ਜਿਹੜੀ ਪੁਲਿਸ ਹੈ ਉਹ ਵੀ ਮੌਕੇ 'ਤੇ ਤੈਨਾਤ ਹੈ, ਕਿਉਂਕਿ ਜੇਕਰ ਛੋਟੀ ਜਿਹੀ ਵੀ ਚੰਗਿਆੜੀ ਨਿਕਲੀ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਪਟਿਆਲਾ ਰੋਡ ਦੀਆਂ, ਜਿੱਥੇ ਇੱਕ ਪ੍ਰਾਈਵੇਟ ਬਿਲਡਿੰਗ ਦੇ ਨਾਲ ਖੁਦਾਈ ਚੱਲ ਰਹੀ ਸੀ। ਜੇ ਸੀ ਬੀ ਵਾਲੇ ਦੀ ਲਾਪਰਵਾਹੀ ਕਰਕੇ ਐਲ ਪੀ ਜੀ ਦੀ ਪਾਈਪ ਲਾਈਨ ਫਟ ਗਈ। ਪਾਈਪ ਲਾਈਨ ਫਟਣ ਦੇ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ, ਕਿਉਂਕਿ ਕੁਝ ਵੀ ਹੋ ਸਕਦਾ ਹੈ। ਲੋਕਾਂ ਦੇ ਸਰੀਰ 'ਤੇ ਖਰਚ ਹੋਣੀ ਸ਼ੁਰੂ ਹੋ ਗਈ ਹੈ, ਖੁਜਲੀ ਹੋਣੀ ਸ਼ੁਰੂ ਹੋ ਗਈ ਹੈ, ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ, ਸਾਹ ਲੈਣ ਦੇ ਵਿੱਚ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ। ਤਾਂ ਕਾਫੀ ਦੇਰ ਬਾਅਦ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਪਾਣੀ ਦੇ ਨਾਲ ਜਿਹੜੀ ਗੈਸ ਹਵਾ ਦੇ ਵਿੱਚ ਫੈਲੀ ਆ ਉਸਦਾ ਪ੍ਰਭਾਵ ਕੰਮ ਕੀਤਾ ਜਾ ਰਿਹਾ ਹੈ, ਘੱਟ ਕੀਤਾ ਜਾ ਰਿਹਾ ਹੈ। ਤਾਂ ਬੇਹੱਦ ਇਹ ਵੱਡੀ ਅਤੇ ਅਹਿਮ ਖਬਰ, ਨਿਊਜ਼ 18 ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਦੇਖੋ ਕਿਵੇਂ ਕਿੰਨੀ ਤੇਜ਼ੀ ਦੇ ਨਾਲ ਇਹ ਗੈਸ ਨਿਕਲ ਰਹੀ ਹੈ, ਇਸਦੀ ਲਾਪਰਵਾਹੀ ਹੈ, ਐਕਸ਼ਨ ਕੀ ਹੋਵੇਗਾ, ਪੁਲਿਸ ਦੇ ਅਤੇ ਕੀ ਬਿਆਨ ਹੈ ਉਹ ਵੀ ਸੁਣਾਵਾਂਗੇ। ਪਲਦਾਂ ਦੇਖੋ ਇਹ ਤਸਵੀਰਾਂ ਜੋ ਹੈਰਾਨ ਕਰਦੀਆਂ ਨੇ ਕਿ ਕਿਵੇਂ ਕਿੰਨੀ ਤੇਜ਼ੀ ਦੇ ਨਾਲ ਇਹ ਐਲ ਪੀ ਜੀ ਗੈਸ ਲੀਕ ਹੋ ਰਹੀ ਹੈ। ਐਲ ਪੀ ਜੀ ਗੈਸ ਘਾਤਕ ਹੈ, ਤਾਂ ਕਰਕੇ ਲੋਕ ਘਬਰਾਏ ਹੋਏ ਨੇ। ਕਾਰਨ ਕੀ ਹੋਇਆ ਇਹਨੂੰ ਫਟਣ ਦੇ ਨਾਲ? ਪ੍ਰੋਜੈਕਟ ਵਾਲੇ ਜਿਹੜੇ ਇੱਥੇ ਨਾ ਉਹ ਦੀਵਾਰ ਕਰ ਰਹੇ ਸੀਗੇ। ਕੀ ਪ੍ਰੋਜੈਕਟ ਦਾ ਕੀ ਨਾਮ ਹੈ ਜੀ? ਐਚਐਲਬੀ ਸੋਸ਼ਲ ਸਰਵਿਸ। ਇਹਨਾਂ ਦੇ ਕਰਕੇ ਹੋਇਆ ਹਾਦਸਾ ਤੇ ਇਹ ਜੇ ਅੱਗ ਲੱਗ ਜਾਂਦੀ ਕਾਫੀ ਵੱਡਾ ਹਾਦਸਾ ਹੋ ਸਕਦਾ। ਬਿਲਕੁਲ ਸਰ, ਬਿਲਕੁਲ ਨਹੀਂ। ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਹੋਏਗੀ ਜੀ ਇਹਦੇ? ਹਾਲੇ ਤਾਂ ਕੰਟਰੋਲ ਕਰ ਰਹੇ, ਉਹ ਤੋਂ ਬਾਅਦ ਦੇਖ ਲਈਏ। ਕੋਈ ਕੰਪਨੀ ਖਿਲਾਫ਼ ਕਾਰਵਾਈ ਹੋ ਸਕਦੀ ਹੈ? ਹਾਂਜੀ ਹਾਂਜੀ, ਐਸਡੀਓ ਸਾਹਿਬ ਨੂੰ ਰਿਪੋਰਟ ਕਰਾਂਗੇ ਜੀ ਉਹਨਾਂ ਵੱਲੋਂ ਜੋ ਵੀ ਹੋਇਆ। ਇਹ ਜਿਹੜਾ ਪਾਈਪਾਂ ਪਾਈਆਂ ਹੋਈਆਂ ਇਹਨਾਂ ਦਾ ਕੋਈ ਮਾਸਟਰ ਪਲਾਨ, ਕੋਈ ਬਲੂ ਪ੍ਰਿੰਟ ਨਹੀਂ ਸਾਡੇ ਵੱਲੋਂ? ਕੋਈ ਨਾਮ ਹੈ ਜੀ। ਸੋ ਇੱਥੇ ਜਿਹੜਾ ਤੁਸੀਂ ਕੰਮ ਕਰਨਾ ਆਏ ਸੀ, ਕਿਆ ਹੋਇਆ ਕਿਆ? ਹਾਂਜੀ, ਸਫਾਈ ਵਾਲੇ ਆਏ ਹਾਂ, ਆਵਾਜ਼ ਆ ਰਹੀ ਸੀ ਇਸਕੀ, ਸਦਾ ਹਮ ਨੇ ਆਗਾ ਬੋਲਾ ਇਸਕੇ ਲੀਏ। ਉਹ ਸੜਕੇ ਦੋਨੋਂ ਤਰਫ ਕੀ ਬਲੌਕ ਕੀ ਹੋਈ ਹੈ? ਦੋਨੋਂ ਤਰਫ ਹੈ, ਸੜਕੇ ਬੰਦ ਗਈ ਹੋਈ ਟ੍ਰੈਫਿਕ? ਹਾਂਜੀ ਹਾਂਜੀ। ਤੋ ਸਰੀਰ ਪੇ ਕੋਈ ਚੁਬਨ ਕੋਈ ਐਸਾ ਮਹਿਸੂਸ ਹੋ ਰਹਾ ਹੈ? ਹਾਂਜੀ, ਐਸਾ ਆ ਰਹੀ ਸਮੈਲ ਆ ਰਹੀ ਹੈ ਇਸਕੀ, ਸਮੈਲ ਆ ਰਹੀ ਸਰੀਰ ਮੇ। ਹਾਂ, ਔਰ ਸਰੀਰ ਮੇ ਕੋਈ ਚੁਬਨ ਜੈਸੀ ਚੀਜ਼? ਚੁਬਨ ਸੀ ਅਭੀ ਨਹੀਂ ਹੈ, ਮਗਰ ਹਲਕੀ ਹਲਕੀ ਲੱਗ ਰਹੀ ਹੈ। ਹਲਕੀ ਹਲਕੀ ਲੱਗ ਰਹੀ? ਹਾਂਜੀ ਹਾਂਜੀ। ਕਿਆ ਟੁੱਟਾ ਗਿਆ ਯਹਾਂ? ਯਹਾਂ ਤੋ ਹਮ ਸਫਾਈ ਕਰਨਾ ਆਏ ਥੇ ਜੀ, ਸਾਈਟੋ ਮੇ। ਹਾਂਜੀ, ਕਮੇਟੀ ਵਾਲੇ ਹਮ ਤੋ। ਕਿਆ ਯਹਾਂ ਕੋਈ ਸਬਜ਼ੀ? ਤੇ ਇਹ ਤੁਸੀਂ ਇੱਥੇ ਕੋਈ ਕੰਮ ਕਰਨ ਆਏ ਸੀਗੇ ਜੀ? ਸਫਾਈ ਕਰਮਚਾਰੀ ਹੈ ਜੀ।
ਇੱਧਰ ਉਹਦੇ ਸਫਾਈ ਕਰਦੇ ਉਹਦੇ ਨਾਲ ਨਾਲ ਮਸ਼ੀਨ ਦੇ ਨਾਲ ਆਹ ਗੈਸ ਪੈਚ ਪੱਟੀ ਆਪਾਂ ਇਹਨੂੰ ਕੰਮ ਕਰਨ ਆਇਆ ਜੀ ਇਹਦੇ ਕਾਰਨ ਨਾ ਜੀ ਸੜਕਾਂ ਸਾਰੀ ਬਲੋਕ ਦੋਨੋਂ ਸਾਈਡ ਦੀ ਬਲੋਕ ਕਰੀ ਅਤੇ ਉਹਦੇ ਨਾਲ ਨਾਲ ਖਾਜ ਹੋਣ ਲੱਗੀ ਸਰੀਰ 'ਚ ਸਰੀਰ 'ਤੇ ਮਤਲਬ ਕਿਵੇਂ ਮਹਿਸੂਸ ਹੋ ਰਿਹਾ ਸਰੀਰ ਜਿੱਦਾਂ ਵੀ ਕੋਈ ਖਾਦ ਦੀ ਬਿਮਾਰੀ ਲੱਗਦਾ ਖਾਦ ਵੀ ਆਉਣ ਲੱਗੀ ਪੂਰੇ ਸਰੀਰ 'ਚ ਮਤਲਬ ਗੈਸ ਦੀ ਪਾਈਪ ਲਾਈਨ ਦੇ ਕਾਰਨ ਇਹੋ ਜਿਹਾ ਹੋ ਰਿਹਾ ਗੈਸ ਦੀ ਪਾਈਪ ਲਾਈਨ ਦੇ ਕਾਰਨ ਹੋਇਆ ਇੱਥੇ ਨਾ ਕੋਈ ਜੇ ਸੀ ਬੀ ਨਾਲ ਬਿਲਡਰ ਖੱਡਾ ਖੋਦ ਰਿਹਾ ਸੀ ਖੱਡੇ ਦੇ ਨਾਲ ਗੈਸ ਪਾਈਪ ਲਾਈਨ ਟੁੱਟ ਗਈ ਆਪਣੇ ਮੁਲਾਜ਼ਮ ਇੱਥੇ ਚੌਂਕ ਦੇ ਵਿੱਚ ਤਣਾਅ ਸੀ ਜੋ ਟਰੈਫਿਕ ਵਾਲੇ ਉਹਨਾਂ ਨੇ ਨਾਲ ਦੀ ਨਾਲ ਜਦੋਂ ਗੈਸ ਲਾਈਨ ਲੀਕ ਹੋਈ ਹੈ ਉਹਨਾਂ ਦੇ ਜੇ ਸੀ ਬੀ ਵਗੈਰਾ ਪਰਾਂ ਕਰਾ ਕੇ ਗੱਡੀਆਂ ਗੁੱਡੀਆਂ ਹਟਾਤੀਆਂ ਅਤੇ ਸਾਰੀ ਪੁਲਿਸ ਨੇੜੇ ਦੇ ਆਲੇ ਦੁਆਲੇ ਲਾਤੀ ਹੈ ਚਾਰੇ ਚੌਂਕਾਂ 'ਤੇ ਟਰੈਫਿਕ ਬੰਦ ਕਰਤੀ ਅਤੇ ਰਸਤਾ ਕਲੀਅਰ ਕਰਤੇ ਸਾਰੇ ਆਲੇ ਦੁਆਲੇ ਉਹ ਟਰੈਫਿਕ ਸਾਰੀ ਹਟਵਾ ਦਿੱਤੀ ਇਹਦੇ ਨਾਲ ਕੋਈ ਸਰੀਰ 'ਤੇ ਚੁਭਨ ਜੈਸੀ ਕੋਈ ਐਸੀ ਚੀਜ਼ ਹੋ ਰਹੀ ਹੈ ਜੀ ਇਹਦੇ ਨਾਲ ਇੱਦਾਂ ਹੋ ਰਿਹਾ ਜਿਵੇਂ ਪਿੰਡ ਦੇ ਮਿਰਚਾਂ ਲੜ ਰਹੀਆਂ ਹੁੰਦੀਆਂ ਨੇ ਅਤੇ ਇਹਦੀ ਜਾਣਕਾਰੀ ਜਿਹੜੀ ਹੈ ਉੱਚ ਅਧਿਕਾਰੀਆਂ ਨੂੰ ਦਿੱਤੀ ਹੈ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਵੀ ਦਿੱਤੀ ਈਓ ਸਾਹਿਬ ਨੂੰ ਵੀ ਦਿੱਤੀ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਅਤੇ ਹੁਣ ਤੁਸੀਂ ਪਤਾ ਚੱਲ ਪਾਇਆ ਕਿ ਇਹਦੀ ਗੈਸ ਲਾਈਨ ਕਹਿੰਦੀ ਹੈ ਨਹੀਂ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਕਿਉਂ